ਖੁਸ਼ੀਆਂ ਦਾ ਸੱਜਣਾ ਵੀ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਸਾਡੇ 300 ਕੇ ਹੋ ਗਏ ਪੂਰੇ ਕੀ ਕਰਨ ਡਿਆ ਓਏ 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 ਕੀ ਕਰਨ ਡਿਆ ਹੱਗਣ ਡਿਆ ਹਰ ਕਰਨ ਡਿਆ ਡੋਮਿਨੋਜ਼ ਹੈ ਨਾ ਲਓ ਵੀ ਆ ਕੀ ਹੈ ਆ ਕੀ ਲਾਇਆ ਯਾਰ ਇੰਤ ਕਰਦੇ ਆ ਕੀ ਕਿਆ ਕਦਾ ਸੀ ਜਿਗਰ ਆਏ ਬੱਲੀਏ ਜੋ ਐਡਾ ਨੁਕਸਾਨ ਜਰ ਗਿਆ ਹਾਂਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਵਿੱਚ ਜਿਹਦਾ ਨਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵਲੌਗ ਦੀ ਕਰਤੀ ਸਟਾਰਟਿੰਗ ਬ੍ਰੇਕਫਾਸਟ ਆ ਗਿਆ ਸਵੇਰ ਦੇ ਵਜ ਗਏ 7 ਕਿੰਨਾ ਟਾਈਮ ਹੋ ਗਿਆ 7 ਵਜ ਗਏ ਆਹ 7 ਵਜ ਗਏ ਇਹਦੇ ਦੇਖੋ ਵੀ ਚਾਹ ਆ ਗਈ ਆ ਨਾ ਆਮਲੇਟ ਸੈਂਡਵਿਚ ਪੋਹਾ ਸਾਰਾ ਕੁਝ ਲੈ ਲਿਆ ਆਪਾਂ ਤੇ ਕੱਪ ਪੋਹਾ ਕਿ ਲੈ ਮੈਂ ਹੀ ਲਿਆ ਆਪੀ ਇੱਕੋ ਇੱਕ ਦੋ ਲੈ ਇੱਕ ਇੱਕ ਪੋਹਾ ਤੋੜਦੇ ਨੇ ਚਾਹ ਸਵਾਦ ਹੈ ਇਹਨਾਂ ਦੀ ਕਿੰਨੇ ਕੱਪ ਲਏ ਆਪਾਂ ਹੀ ਪੀਣਾ ਮੈਂ ਪੀ ਲੈਣੀ ਇੱਕ ਕੱਪ ਹੋਰ ਦੇ ਦੀ ਚਾਹ 6 ਕੱਪ ਹੀ ਦੇ ਦੇ ਮੈਂ ਪੀ ਲੈਣੀ ਔਰ ਖਾ ਕੇ ਤੇ ਫਿਰ ਅੱਗੇ ਵਲੋਗ ਤਾਂ ਦੇਖੋ ਬਾਹਰ ਦਿਨ ਚੜ ਗਿਆ ਪੂਰਾ ਸਟੇਸ਼ਨ ਤੇ ਪਹੁੰਚ ਗਏ ਇਹ ਪਤਾ ਨਹੀਂ ਹੁਣ ਕਿਹੜਾ ਸਟੇਸ਼ਨ ਆ ਤੇ ਚਾਹ ਰੱਖ ਲਈ ਆ ਸਮਾਨ ਆ ਗਿਆ ਤੇ ਇਹ ਆਪਣਾ ਆਇਆ ਸਿਸਟਮ ਸਿਰਫ ਕਹਿੰਦਾ 400 ਰੁਪਏ ਦਾ ਆਇਆ ਆਪਣਾ ਬੜਾ ਗੋ ਆ ਗਿਆ 400 ਯਾਰ ਪੋਹਾ 2 ਆਮਲੇਟ 6 ਕੱਪ ਚਾਹ ਦੇ 2 ਸੈਂਡਵਿਚ ਸੈਂਡਵਿਚ 1 ਵੈਜ ਕਟਲੇਟ ਬਹੁਤ ਸਮਾਨ ਆ ਗਿਆ ਮਤਲਬ ਸਸਤਾ ਵਾ ਸਮਾਨ ਇੰਨਾ ਮਹਿੰਗਾ ਨਹੀਂ ਸਟੇਸ਼ਨ ਵਾਲਾ ਖਾ ਪੀ ਕੇ ਇੱਧਰ ਤੁਹਾਨੂੰ ਫੀਡਬੈਕ ਦਿੰਦੇ ਹਾਂ ਰਾਤੀ ਵਾਲਾ ਜਿਹੜਾ ਡਿਨਰ ਖਾਧਾ ਆਪਾਂ ਠੀਕ ਠਾਕ ਜਿਹਾ ਸੀਗਾ ਮਤਲਬ 5 ਰੇਟਿੰਗ ਦੇ ਸਕਦੇ ਉਹਨੂੰ 10 ਚੋਂ ਅਤੇ ਬਾਕੀ ਆਪਾਂ ਫਿਰ ਚਿਪਸ ਚੁਪਸ ਲੈ ਲਏ ਸੀਗੇ ਇਹਨਾਂ ਦੇ ਚਿਪਸ ਦੀ ਵੀ ਰੇਟਿੰਗ ਘੱਟ ਹੀ ਆ ਇਹਨਾਂ ਦੇ ਚਿਪਸ ਨੂੰ ਵੀ 5 ਰੇਟਿੰਗ ਦੇ ਸਕਦੇ ਕਿਉਂਕਿ ਲੇਜ਼ ਨਹੀਂ ਹੈਗੀ ਆ ਸਭ ਦੇਸੀ ਜੇ ਆ ਕੋਕ ਇੱਕ ਓਰੀਜਨਲ ਮਿਲੀ ਪਰ ਕੋਕ ਮੈਂ ਬੰਦ ਕਰਤੀ ਆ ਮੈਂ ਪੀਤੀ ਨਹੀਂ 5-6 ਮਹੀਨੇ ਤੋਂ ਛੱਡਤੀ ਕੋਕ ਤਾਂ ਬਾਕੀ ਮਾਜ਼ਾ ਇਹਨਾਂ ਦਾ ਦੇਸੀ ਜਿਹਾ ਸੀਗਾ ਪਤਾ ਨਹੀਂ ਕੀ ਆ ਲੈ ਬੈਰੀ ਖਾ ਕੇ ਤਾਂ ਫਿਰ ਤੁਹਾਨੂੰ ਇਹਦਾ ਫੀਡਬੈਕ ਦਿੰਦੇ ਹਾਂ ਖਾਂਦੇ ਹਾਂ ਅਤੇ ਪੋਹਾ ਅਤੇ ਇਹਨਾਂ ਦਾ ਪੈਸੇ ਸਵਾਦ ਹੈ ਪਰ ਉੱਦਾਂ ਮੈਨੂੰ ਸਵਾਦ ਲੱਗਾ ਨਹੀਂ ਮੈਂ ਕਰ ਲੈਂਦਾ ਵਾਂ ਰੁਕਦਾ ਉਹ ਵੀ ਪਾਈ ਸਫਾਈ ਕਰਨ ਨਾਲ ਆ ਗਿਆ ਝਾੜੂ ਸਵੇਰੇ 7 ਵਜੇ ਫਿਰਨ ਆ ਗਏ ਕਲੀਨਿੰਗ ਵੀ ਵਧੀਆ ਰੇਲਵੇ ਦੀ ਵਧੀਆ ਸਿਸਟਮ ਆ ਸਫਾਈ ਸਫੂਈ ਕਰੀ ਜਾਂਦੇ ਕੂੜਾ ਚੱਕਣ ਵਾਸਤੇ ਵੀ ਆ ਜਾਣਾ ਕਹਿੰਦੇ ਹੁਣ ਆ ਸਾਰਾ ਤੁਸੀਂ ਚੁਕਾ ਸਕਦੇ ਇਹਦੀ ਰੇਟਿੰਗ ਮੈਂ ਦਊਂਗਾ ਮੇਰੇ ਹਿਸਾਬ ਨਾਲ 10-2 ਪਰ ਜਿਨ੍ਹਾਂ ਨੂੰ ਪੋਹਾ ਸਵਾਦ ਲੱਗਦਾ ਵਾ ਉਹਨਾਂ ਨੂੰ ਸਵਾਦ ਲੱਗਦਾ ਹੋਊਗਾ ਪਾਪਾ ਨੂੰ ਬੜਾ ਸਵਾਦ ਲੱਗਦਾ ਪੋਹਾ ਪਾਪਾ ਨੂੰ ਸਵਾਦ ਲੱਗਣਾ ਹੈਗਾ ਉਹ ਬਹੁਤ ਖਾਂਦੇ ਪਾਪਾ ਮੰਮਾ ਮੈਨੂੰ ਲੱਗਾ ਸਵਾਦ ਤੂੰ ਦੱਸ ਤੇਰਾ ਕਟਲੇਟ ਕਿੱਦਾਂ ਵੈਜ ਕਟਲੇਟ ਠੀਕ ਹੈ ਸੈਂਡਵਿਚ ਤਾਂ ਠੀਕ ਹੀ ਹੋਣੇ ਉਦਾਂ ਬਾਕੀ ਚਾਹ ਦਾ ਸਵਾਦ ਚਾਹ 10-10 ਨਹੀਂ 8-8 ਚਾਹ 10-8 ਚਾਹ ਦੇ ਸ਼ੌਕੀਨ ਵੈਰੀ ਮੁੰਡੇ ਭਾਜੀ ਮੁੰਡੇ ਚਾਹ ਦੇ ਸ਼ੌਕੀਨ ਭਾਈ ਚਾਹ ਦੇ ਸਵੇਰੇ ਚਾਹ ਦੇ ਸ਼ੌਕੀਨ ਮੁੰਡੇ ਉਹ ਤਾਂ ਫੀਡਬੈਕ ਤੁਹਾਨੂੰ ਦੇ ਤਾ ਪੋਹਾ ਆ ਵਾ ਆਮਲੇਟ ਮੈਂ ਆਪਣੇ ਘਰ ਆਮਲੇਟ ਲਿਆ ਸੀਗਾ ਕਿ ਬ੍ਰੈਡ ਆਮਲੇਟ ਪੂਰਾ ਜਿੱਦਾਂ ਆਪਣੇ ਬਣਦਾ ਨਹੀਂ ਆ ਗੰਜੇ ਰੇੜੀ ਦੇ ਉਦਾਂ ਬਣਾਇਆ ਉਹਨਾਂ ਨੇ ਸੇਮ ਪਰ ਆਮਲੇਟ ਵੱਖਰਾ ਦਿੱਤਾ ਵਾ ਅਤੇ ਵੱਖਰਾ ਚਲੋ ਇਹਦਾ ਵੀ ਤੁਹਾਨੂੰ ਫੀਡਬੈਕ ਦੇ ਦੀ ਆਪਾਂ ਰੁਕ ਹੀ ਜਾਓ ਇਹ ਵੀ ਤੁਹਾਨੂੰ ਦੱਸ ਹੀ ਦੀਜੀਏ ਨਾਲੋਂ ਨਾਲ ਹੀ ਕੀ ਫੀਡਬੈਕ ਦਾ ਠੰਡਾ ਹੋ ਗਿਆ 10-6 ਸਵਾਦ ਆ 10 ਪਰ ਠੰਡਾ ਹੋ ਗਿਆ 10-6 ਬਾਕੀ ਚਾਹ ਤਾਂ ਤੁਹਾਨੂੰ ਦੇਦਾ ਹੋਰ ਕੀ ਆ ਅੱਜ ਦਾ ਸੈਂਡਵਿਚ ਦਾ ਕੀ ਫੀਡਬੈਕ ਸਰ 5 ਨਹੀਂ ਜੀ ਚਲੋ ਬਾਕੀ ਸੌਣ 7:30 ਹੋ ਗਏ ਆ ਹੁਣ ਲੱਗੇ ਸੌਣ ਹੁਣ ਉੱਠਾਂਗੇ ਦੁਪਹਿਰੇ 2-3 ਵਜੇ ਉੱਤਾਂ ਸਾਡਾ ਅੱਧਾ ਸਫ਼ਰ ਅੱਧੇ ਤੋਂ ਵੱਧ ਸਫ਼ਰ ਲੱਗਾ ਕਿ ਨਹੀਂ ਨਹੀਂ ਲੱਗਾ ਬਸ 6:00 ਤੋਂ ਫਿਰ ਰਹਿਣ ਤੋਂ ਫਿਰ ਹੋਰ ਕੀ ਬਾਕੀ ਹੁਣ ਸੌਂ ਜਾਈਏ ਫਿਰ ਸੈਂਡਵਿਚ ਦੇ ਦੇ ਉਹਨੂੰ ਆਹ ਫੜਾ ਦੇ ਆ ਚੱਲ ਨਹੀਂ ਆਹ ਫੀਡਬੈਕ ਆ ਗਿਆ ਇਹ ਫੀਡਬੈਕ ਦੇਣਾ ਵਾ ਆਪਾਂ ਕਾਹਦਾ ਕਚਰੇ ਕਾ ਸਾਫ਼ ਸਫ਼ਾਈ ਦਾ ਨਾ ਸਾਫ਼ ਸਫ਼ਾਈ ਦਾ ਫੀਡਬੈਕ ਭਾਅ ਜੀ ਹੁਣੀ ਲੈਣ ਆਏ ਆ ਅਤੇ ਭਾਅ ਜੀ ਹੁਣੀ ਲਿਖਦੇ ਇਹਨੇ ਫੀਡਬੈਕ ਕੰਸਲਟੇਸ਼ਨ ਆ ਗਿਆ ਕਹਾਂ ਮੈਂ ਪੜਤਾ ਇਹ ਕਹਾਂ ਕਿ ਰਾਜਸਥਾਨ ਮੈਂ ਰਾਜਸਥਾਨ ਆ ਕੇ ਨਾਸ਼ਤਾ ਨਾਸ਼ਤਾ ਚਲੋ ਕਿੱਥੇ ਨਾਸ਼ਤਾ ਨਾਸ਼ਤਾ ਇੱਥੇ ਰਹਿਣਾ ਭਾਜੀ ਆਹ ਦੇਖ ਲਓ ਤੁਸੀਂ ਜਿਹੜੇ ਕੰਮ ਇਹਨਾਂ ਦੇ ਉੱਥੇ ਚੰਡੀਗੜ੍ਹ ਸੀ ਜਾਂ ਅੰਮ੍ਰਿਤਸਰ ਸੀ ਉਹੀ ਕੰਮ ਇਹਨਾਂ ਦੇ ਇੱਥੇ ਵੀ ਕਿਆ ਹੈ ਟ੍ਰੇਨ ਚੱਲ ਪੈਣੀ ਆ ਤੇ ਤੈਨੂੰ ਲੱਗ ਪਤਾ ਜਾਣਾ ਵਾ ਆ ਜਾ ਛੇਤੀ ਹਾਰਨ ਵੱਜ ਗਿਆ ਤੇ ਹੁਣ ਕਿੰਨੀ ਛੇਤੀ
ਆਜਾ ਆਜਾ ਛੇਤੀ ਟ੍ਰੇਨ ਚੱਲ ਪੈਣੀ ਤੇ ਤੈਨੂੰ ਮੁੜ ਕੇ ਸਮਝ ਨਹੀਂ ਲੱਗ ਵਾ ਕੁੜੀ ਭੱਜ ਗਈ ਓ ਦੂਰੂ ਕਿਦਾਂ ਲੱਗਦਾ ਨਾ ਮੋਣਾ ਜਿਹਾ ਆਵਾਜ਼ ਨਹੀਂ ਆਉਂਦੀ ਅੰਦਰ ਵਿਊ ਆਇਆ ਇੱਥੇ ਪਹਿਲਾ ਵਿਊ ਆ ਤੂੰ ਪਹਿਲਾਂ ਨਹੀਂ ਵੇਖੇ ਜੈਪੁਰ ਲਾਗੇ ਪਹਾੜ ਪੂੜ ਮੈਂ ਤਾਂ ਜੈਪੁਰ ਗਿਆ ਹੀ ਨਹੀਂ ਜਦ ਕਦੇ ਰਾਜਸਥਾਨ ਲਾਗੇ ਬਾਪੂ ਫਿਰ ਉਸੇ ਵੇਲੇ ਕਹਿ ਦਿੰਦਾ ਹੁੰਦਾ ਵਾ ਜੈਪੁਰ ਦਾ ਤੇ ਗੋਆ ਦਾ ਬੇੜਾ ਗਰਕ ਹੋਇਆ ਚੰਬਲ ਰਿਵਰ ਚੰਬਲ ਰਿਵਰ ਚੰਬਲ ਰਿਵਰ ਅੱਗੇ ਚੰਬਲ ਕੀ ਘਾਟੀ ਵੀ ਆਏਗੇ ਡਾਕੂ ਵੀ ਆਏਗੇ ਨਹੀਂ ਨਹੀਂ ਉਹ ਐਮਪੀ ਮੈਂ अच्छा वो एमपी में है ये चंबल रिवर कोटा किस में आता है कोटे में ही राजस्थान अच्छा राजस्थान ने मुकर दिया इसके बाद क्या आएगा कोटा आगे था नहीं कोटे के बाद आगे कोटा के बाद एमपी स्टार्ट हो जाएगा ये चंबल आएगा चंबल ही है हां चंबल ही है प्रभा सुने नहीं करी चंबल में डाकू है अभी ये बहुत फैन है डाकुओं का ये डाकुओं का मुंडा है डाकू को बहुत पसंद है इसको ये शेर सिंह है शेर सिंह कलर का है नैपकिन का तो रखे हाथ जेब च पाया बालर बड़ी एंजॉय करन दे सफर नू बंद करी माड़ा बंद करी नहीं लेना चाहिए बारो ऑनलाइन ऑर्डर कर सकते स्विगी जोमैटो करा सकते ऐप लिंक जो ऑर्डर दे सकते अपने गड्डी के डब्बे ही आजू अगले स्टेशन से अपना ऑर्डर कर देना अद्धे घंटे घंटे पहला ਗੱਡੀ ਦੇ ਡੱਬੇ 'ਚ ਆਜੂਗਾ ਹੁਣ ਉਹ ਆਰਡਰ ਕਰਕੇ ਦੇਖਾਂਗੇ ਆਪਾਂ ਕੀ ਮਾਹੌਲ ਚੱਲ ਆ ਤਾਂ ਉੱਦਾਂ ਰੇਲਵੇ ਵਾਲਾ ਤਾਂ ਆਪਾਂ ਤੁਹਾਨੂੰ ਐਕਸਪੀਰੀਅੰਸ ਦੱਸਦਾ ਕਿ ਵਧੀਆ ਨਹੀਂ ਸਵਾਦ ਨਹੀਂ ਹੈਗਾ ਤੇ ਰਾਤ ਮਤਲਬ ਅੱਜ ਦੱਸਦਾ ਮੈਂ ਪਹਿਲਾਂ ਹੀ ਤੇ ਰਾਤ ਮਤਲਬ ਵਧੀਆ ਸੀਗਾ ਕੋਈ ਨੀਂਦ 'ਚ ਦਿੱਕਤ ਆਈ ਹੋਵੇ ਤੁਹਾਨੂੰ ਮੁੰਡਿਓ ਕੋਈ ਲੱਗਾ ਹੋਵੇਗੀ ਅਸੀਂ ਟ੍ਰੇਨ 'ਚ ਬੈਠੇ ਕੋਈ ਸੁੱਤੇ ਨਹੀਂ ਉੱਦਾਂ ਨੀਂਦ ਵਧੀਆ ਨਹੀਂ ਸੁੱਤੇ ਨਹੀਂ ਅੱਗੇ ਮੈਨੂੰ ਮਤਲਬ ਜਾਗ ਆਉਂਦੀ ਵਿੱਚ ਵਿੱਚ ਜਿੱਦਾਂ ਨੀਂਦ ਆਉਂਦੀ ਫਿਰ ਜਾਗ ਆਈਦੀ ਨਹੀਂ ਮੈਨੂੰ ਜੇ ਮੈਂ ਸੁੱਤਾ ਤੂੰ ਤਾਂ ਧੂਕ ਸੁੱਤਾ ਸੀ ਭਾਜੀ ਤੁਹਾਨੂੰ ਤਾਂ ਕੋਈ ਹੋਸ਼ ਵਾ ਉਹੀ ਨਾ ਤੇ ਮੈਨੂੰ ਵੀ ਨਹੀਂ ਪਤਾ ਕਿ ਮੈਂ ਕਿੱਥੇ ਸੁੱਤਾ ਪਹਿਲਾਂ ਤਾਂ ਮੈਂ ਸੁੱਤਾ 5 ਵਜੇ ਕਿ ਮੈਂ ਫੋਨ ਚਲਾਉਣ ਡਿਆ ਕਿ ਵਲੌਗ ਐਡਿਟ ਕੀਤਾ ਤੇ ਮੈਨੂੰ ਉਹਦੇ ਨਹੀਂ ਵਧੀਆ ਸੀ ਮਤਲਬ ਹੈ ਨਹੀਂ ਖੱਤ ਵੀ ਪੰਦ ਪੱਟੀ ਜੀ ਆ ਕਰਕੇ ਬੰਨ ਲੈਂਦੇ ਉਹਦੀ ਬੜੀ ਬਹੁਤ ਵਧੀਆ ਵਾ ਉਹਦਾ ਸਿਸਟਮ ਨਹੀਂ ਦੱਸਿਆ ਮੈਨੂੰ ਅੱਖਾਂ ਤੇ ਲਾਉਣ ਵਾਲੀ ਪੱਟੀ ਨਹੀਂ ਮਿਲੀ ਤੇ ਘਰ ਪੱਟੀ ਲਾ ਕੇ ਸੌਂਦਾ ਇੱਕ ਹੋਰ ਤੁਹਾਨੂੰ ਵਿਊ ਦਿਖਾਈਏ ਲੈ ਹੁਣ ਆੜਿਆ ਦੀ ਭੰਗ ਗਾੜੀ ਆ ਗਈ ਝਾੜੀਆਂ ਜਾ ਗਈਆਂ ਚੰਗਾ ਭਲਾ ਦਿਖਣ ਡਿਆ ਉਹ ਲਓ ਵੀ ਪਹਾੜ ਆ ਗਏ ਹੁਣ ਥੋੜੇ ਜਿਹੇ ਬੁੱਤੀ ਮਾੜੀ ਕਿਸਮਤ ਆ ਹੁਣ ਘਾ ਬੂਸੀ ਆ ਜਾਂਦਾ ਗਾੜੀ ਕਰ ਬੜਾ ਵਿੱਚ ਇੱਥੇ ਉਦੋਂ ਭਾਜੀ ਵੇਖੋ ਉਦੋਂ ਉਹ ਆ ਜਾਣਾ ਸਟੇਸ਼ਨ ਤੇ ਗੱਡੀਆਂ ਵੀ ਆ ਨਹੀਂ ਤੇ ਕਰ ਤੇ ਆ ਜੀ ਜਾ ਨਹੀਂ ਅਫਸੀ ਬਲਤੇ ਤਗੜੇ ਆ ਮੈਂ ਇੱਧਰ ਆ ਗਿਆ ਪਹੁੰਚ ਗਏ ਆ ਪਤਾ ਨਹੀਂ ਕਿੱਥੇ ਤੇ ਬਾਕੀ ਹੁਣ ਆਪਾਂ ਨੂੰ ਥੋੜਾ ਟ੍ਰੇਨ ਦਾ ਤੁਹਾਨੂੰ ਜਿੱਦਾਂ ਪਤਾ ਕਿ ਟ੍ਰੇਨ ਦਾ ਥੋੜਾ ਚੱਕਰ ਹੀ ਕਿ ਮੁੰਬਈ ਤੋਂ ਗੋਆ ਕਿੱਦਾਂ ਜਾਣਾ ਟਿਕਟ ਤਾਂ ਸਾਡੇ ਕੋਲ ਹੈਗੀ ਹੈ ਸੈਕਿੰਡ ਕਲਾਸ ਦੀ ਪਰ ਉਹ ਹਜੇ ਤੱਕ ਕਨਫਰਮ ਨਹੀਂ ਹੋਈ ਹੈਗੀ ਸੋ ਹੁਣੇ ਇੰਸਟਾ ਤੇ ਸਟੋਰੀ ਪਾ ਕੇ ਹਟੇ ਆ ਤੇ ਕਿ ਹਾਂ ਵੀ ਜੇ ਕੋਈ ਰੇਲਵੇ ਦੇ ਵਿੱਚ ਕਿਸੇ ਦਾ ਡੈਡੀ ਮੰਮੀ ਭਰਾ ਫੁੱਫੜ ਲੱਗਾ ਵਾ ਕਰਦੇ ਤੁਸੀਂ ਸਾਨੂੰ ਕਰਵਾ ਸਕਦੇ ਕੋਈ ਅਰੇਂਜਮੈਂਟ ਟ੍ਰੇਨ ਦਾ ਠੀਕ ਹੈ ਨਹੀਂ ਤਾਂ ਫਿਰ ਸਾਨੂੰ ਟੈਕਸੀ ਕਰਾ ਕੇ ਜਾਣਾ ਪੈਣਾ ਅੱਗੇ ਬਾਕੀ ਵੇਟ ਕਰਨੇ ਆ ਜੇ ਕਿਸੇ ਦਾ ਫੋਨ ਆਇਆ ਕੋਈ ਬਣ ਗਈ ਗੱਲ ਤਾਂ ਬਾਕੀ ਭਾਈ ਉਹਨਾਂ ਨੇ ਇੱਕ ਵਾਰੀ ਥੋੜੀ ਮਾਰੇ ਸਾਡੇ ਸਾਹਮਣੇ ਮਾਰਤੀ ਫੁਗੜੀ ਫੁਗੜੀ ਗਾੜੀ ਤੇਰੇ ਸਾਹਮਣੇ ਸਪੀਕ ਕਰਾਉਣ ਕਰਕੇ ਤੇਰੇ ਸਾਹਮਣੇ ਜਵਾਬ ਸੁਣਿਆ ਤੂੰ ਕਿ ਨਹੀਂ ਹੋਣਾ ਕੁਝ ਕਿਵੇਂ ਨਹੀਂ ਕਿਹ ਜੋਗਾ ਨਹੀਂ ਕਿਹ ਜੋਗਾ ਇਹਨਾਂ ਨੇ ਇੱਕ ਵਾਰੀ ਪਹਿਲਾਂ ਵੀ ਕੋਈ ਇਹੋ ਜਿਹਾ ਕੰਮ ਕੀਤਾ ਹੈ ਨਾ ਡੋਮੀਨੋਸ ਆਰਡਰ ਕੀਤਾ ਦੇਖਦੇ ਡੋਮੀਨੋਸ ਪਹੁੰਚਦਾ ਵਾ ਕਿ ਨਹੀਂ ਪਹੁੰਚਦਾ ਤਾਂ ਹੁਣ ਸਾਡਾ ਬਹੁਤ ਭਾਰੀ ਨੁਕਸਾਨ ਹੋਇਆ ਵਾ ਤੇ ਚਲੋ ਕੋਈ ਗੱਲ ਨੀ ਇੰਨਾ ਕੁ ਨੁਕਸਾਨ ਜਰ ਗਏ ਆਪਾਂ ਕੋਈ ਗੱਲ ਨੀ ਚਲੋ ਹੋ ਜਾਂਦਾ ਹੁੰਦਾ ਸਮੁੰਦਰਾਂ ਨੂੰ ਫਰਕ ਨਹੀਂ ਪੈਂਦਾ ਹੁੰਦਾ ਜੇ ਬਾਲਟੀ ਪਾਣੀ ਡੁੱਲ ਵੀ ਜਾਵੇ ਤਾਂ ਆ ਗਿਆ ਨਾ ਬਾਲਟੀ ਤੇ ਚਲੋ ਗਲਾਸ ਖਣ ਡੁੱਲ ਵੀ ਜਾਵੇ ਤਾਂ ਤੇ ਬਾਕੀ ਹੁਣ ਡੋਮੀਨੋ ਦੇਖਦੇ ਆ ਜੱਟ ਦਾ ਸੀ ਜਿਗਰ ਆਏ ਬੱਲੀਏ ਜੋ ਐਡਾ ਨੁਕਸਾਨ ਜਰ ਗਿਆ ਤਿੰਨਾਂ ਪੈਗਾਂ ਤੱਕ ਗੱਲ ਰਹੀਆਂ ਮਸਾਲਾ ਚੌਥਾ ਪੈਗ ਹਿੱਟ ਕਰ ਗਿਆ ਨੰਬਰ ਬੋਲੀ ਐਸਪੀ ਆਪਣਾ ਤੱਕ ਹੈ ਐਸਪੀ ਨੰਬਰ ਬੋਲੀ ਤੇ ਬਾਕੀ ਡੋਮੀਨੋਸ ਆਉਂਦਾ ਵਾ ਤੇ ਫਿਰ ਤੁਹਾਨੂੰ ਮਿਲਦੇ ਆ ਦਿਖਾਉਨੇ ਡੋਮੀਨੋਸ ਪਹੁੰਚਦਾ ਕਿ ਨਹੀਂ ਪਹੁੰਚਦਾ ਆਪਣਾ ਫਰਸਟ ਟਾਈਮ ਅਸ ਚੱਲਦੀ ਟ੍ਰੇਨ 'ਚ ਡੋਮੀਨੋਸ ਆਰਡਰ ਕਰਾਂਗੇ ਜੀ ਤਾਂ ਆਰਡਰ ਕਨਫਰਮ ਹੋ ਗਿਆ ਵਾ ਆਪਣਾ ਤੇ ਪੇਮੈਂਟ ਕਰਤੀ ਆਪਾਂ ਤੇ ਪੀਜ਼ੇ ਮੰਗਾਏ ਦੋ ਡੋਮੀਨੋਸ ਤੋਂ ਤਾਂ ਹਜੇ 1 ਵਜਾ ਵਾ 2 ਵਜੇ ਜਿਹੜੇ ਸਟੇਸ਼ਨ ਤੇ ਟ੍ਰੇਨ ਸਾਡੀ ਪਹੁੰਚਣੀ ਆ
ਉਹ ਸਟੇਸ਼ਨ ਤੇ ਸਾਡੇ ਕੈਬਨ ਦੇ ਵਿੱਚ ਮਤਲਬ ਟ੍ਰੇਨ ਦੇ ਵਿੱਚ ਹੀ ਆ ਜਾਣਾ ਡੋਮੀਨੋਸ ਵੇਟ ਕਰਦੇ ਹੁਣ ਅਗਲੇ ਸਟੇਸ਼ਨ ਤੇ ਸਵਿਗੀ ਹੁੰਦਾ ਕਿ ਨਹੀਂ ਕਿਉਂਕਿ ਪੇਮੈਂਟ ਅਸੀਂ ਐਡਵਾਂਸ ਕਰਤੀ ਹੁਣ ਪਤਾ ਨਹੀਂ ਕੀ ਬਣੂਗਾ ਕੀ ਨਹੀਂ ਬਣੂਗਾ ਯਾਰ 1050 ਰੁਪਏ ਦਾ ਆਰਡਰ ਹੋਇਆ ਤੇ ਹੋਰ ਇੱਕ ਪੇਮੈਂਟ ਹੋਰ ਵੀ ਕੀਤੀ ਹੈ ਟਿਕਟ ਵਾਸਤੇ ਵੀ ਅਸੀਂ ਕਿਉਂਕਿ ਸੈਕਿੰਡ ਡੇ ਦੀ ਸਾਡੀ ਟਿਕਟ ਕਨਫਰਮ ਹੋਈ ਹੈ ਉਹ ਪਰ ਹੈਗੀ ਆ ਮੁੰਬਈ ਤੋਂ ਕਿਸੇ ਦੂਸਰੇ ਸਟੇਸ਼ਨ ਤੇ ਜਾਣਾ 2 ਘੰਟੇ ਦੀ ਡਰਾਈਵ ਕਰਕੇ ਫਿਰ ਉਸ ਸਟੇਸ਼ਨ ਤੋਂ 7 ਵਜੇ ਸਵੇਰੇ ਟ੍ਰੇਨ ਆ ਤੇ ਅਸੀਂ ਮੁੰਬਈ ਪਹੁੰਚ ਜਾਣਾ 12 ਵਜੇ ਤੁਸੀਂ ਸਾਰ ਲਾ ਲਓ 4-5 ਘੰਟਿਆਂ ਨੂੰ ਏਅਰਪੋਰਟ ਹੁੰਦਾ ਸਟੇ ਕਰ ਸਕਦਾ ਬੰਦਾ ਪਰ ਸਟੇਸ਼ਨ ਤੇ ਕਿੱਥੇ ਸਟੇ ਹੁੰਦੀ ਹੈ ਨਾ ਹੁਣ ਸਾਨੂੰ ਫਿਰ ਇੱਕ ਟ੍ਰੇਨ ਮਿਲੀ ਹੈ ਐਸਏ ਸਟੇਸ਼ਨ ਤੋਂ ਜਿਹੜੇ ਸਟੇਸ਼ਨ ਤੇ ਆ ਮਿਲਣੀ ਉਹ ਫਸਟ ਕਲਾਸ ਐਸਪੀ ਸਾਹਿਬ ਨੇ ਕਰਵਾਈ ਕਿਸੇ ਨੂੰ ਕਹਿ ਕੇ 6 ਵਜੇ ਉਹ ਕਨਫਰਮ ਹੋਣੀ ਹੈ ਜੇ ਹੋ ਗਈ ਤਾਂ ਵਧੀਆ ਹੋ ਜੂਗਾ ਨਹੀਂ ਤਾਂ ਤੁਹਾਨੂੰ ਦਿਖਾਵਾਂਗੇ ਫਿਰ ਮੁੰਬਈ ਏਅਰਪੋਰਟ 'ਤੇ ਕੀ ਖੱਜਲ ਹੁੰਦੇ ਕੀ ਕਰਦੇ ਕੀ ਨਹੀਂ ਪਹਿਲਾਂ ਤਾਂ ਆਰਡਰ ਦੀ ਵੇਟ ਕਰੀਏ ਆਰਡਰ ਆਉਂਦਾ ਕਿ ਨਹੀਂ ਅਤੇ ਇਹ ਦੋਵੇਂ ਜਾਣੇ ਇੱਥੇ ਪਤਾ ਨਹੀਂ ਕੀ ਕਰਨ ਡੇ ਇਕੱਠੇ ਹੀ ਸੌਂ ਗਏ ਆ ਨਹੀਂ ਤਾਂ ਆਹ ਵੀ ਖਾਲੀ ਆ ਆਹ ਵੀ ਖਾਲੀ ਆ ਆਹ ਵੀ ਖਾਲੀ ਆ ਪਤਾ ਪਿਆਰ ਬੜਾ ਪਿਆਰ ਗੰਦਾ ਨਾ ਕਰ ਪਿਆਰ ਹੈਗਾ ਤੇ ਕੀ ਡਰਨਾ ਵੇਲਾ ਬਰੋ ਨੇ ਵੇਖਣਾ ਫਿਰ ਭਲੇਖਾ ਹੀ ਹੁੰਦਾ ਵੇਲਾ ਭਾਜੀ ਮੈਂ ਨਹੀਂ ਕੁਝ ਵੀ ਕਰਨਾ ਛਾਕਾ ਹੀ ਹੁੰਦਾ ਵੇਲਾ ਬਰੋ ਨੇ ਵੇਖਣਾ ਉਹ ਥੋੜਾ ਕੋਈ ਕਰਨਾ ਆ ਯਾ ਆਪਣਾ ਤੇ ਚੱਲੇ ਆ ਹੁਣ ਆਰਡਰ ਲੈਣ ਖੋਲ ਦੇ ਆਪਣਾ ਆਰਡਰ ਇੱਥੇ ਖੜਾ ਹੋਣਾ ਵਾ ਪਹਿਲੇ ਹੀ ਫੋਨ ਰੋਕ ਦਿੰਦੀ ਆ ਪਰੇ ਹੋ ਨਾ ਇੱਦਾਂ ਕੀ ਡਰਨਾ ਵਾ ਕਿਤੇ ਨਹੀਂ ਡਿੱਗਦਾ ਤੂੰ ਕਿੱਥੇ ਦਿਖਿਆ ਲੈ ਉੱਧਰ ਦੇ ਪਾਸੇ ਤਾਂ ਨਹੀਂ ਉਤਰਨਾ ਅਜੇ ਸਟੇਸ਼ਨ ਨਹੀਂ ਪਹੁੰਚੀ ਚਲੋ ਵੀ ਆਪਾਂ ਆਰਡਰ ਦੇਖਦੇ ਆ ਆਪਣਾ ਹੁਣ ਆਰਡਰ ਮਿਲਦਾ ਆਪਾਂ ਨੂੰ ਕਿ ਨਹੀਂ ਅਜੇ ਖੜੇ ਗਾਂ ਜਾਈਏ ਖੜੇ ਹੋ ਗੱਡੀ ਕਰਨੇ ਆ ਕਿਸੇ ਕਿਸੇ ਪਤਾ ਨਹੀਂ ਕਿੱਥੇ ਹੋਣਾ ਆਰਡਰ ਇਸ ਟਾਈਮ ਅਜੇ ਸਟੇਸ਼ਨ ਥੋੜਾ ਦੂਰ ਆ ਹਮ ਬਾਹਰ ਹੀ ਖੜੇ ਆ ਬਸ ਪਹੁੰਚਣੇ ਵਾਲੀ ਹੈ ਟ੍ਰੇਨ ਆ ਗਿਆ ਫੋਨ ਵੀਰ ਦਾ ਆ ਗਿਆ ਓਏ ਆਰਡਰ ਆ ਗਿਆ ਪਹੁੰਚ ਕੇ ਦਿਖਾਉਂਦੇ ਆ ਕੀ ਆ ਕਹਿੰਦੇ ਬਾਹਰ ਖੜੇ ਦੇ ਆ ਗਿਆ ਓ ਭਾਜੀ ਹੋ ਰਿਹਾ ਨਹੀਂ ਨਹੀਂ ਹੋ ਰਿਹਾ ਬੈਗ ਦੇ ਰਿਹਾ ਆ ਜਾ ਫਿਰ ਐਵੇਂ ਐਵੇਂ ਉੱਤਰ ਗਿਆ ਵਾ ਚਲੋ ਹਏ ਆਪਣਾ ਡੋਮੀਨੋਜ਼ ਵਾਲਾ ਲੱਭਣ ਡਿਆ ਪਤਾ ਨਹੀਂ ਕਿੱਥੇ ਹੋਣਾ ਕਿ ਉਹ ਸਾਨੂੰ ਲੱਭਣ ਡਿਆ ਹੋਣਾ ਹੁਣ ਡੱਬਾ ਰੁਪਾ ਦੱਸਿਆ ਹੋਣਾ ਆਹੋ ਫਿਰ ਬਸ ਰੁਕ ਗਿਆ ਡੱਬਾ ਦੱਸਿਆ ਐਸ ਪੀ ਉਹ ਅੰਦਰ ਜਾ ਯਾਰ ਤੂੰ ਆਪਣਾ ਖਾਲੀ ਯਾਰ ਕੋਈ ਹੈ ਨਹੀਂ ਆ ਗਏ ਆ ਗਏ ਆਪਾਂ ਇੱਥੇ ਖੜ ਜਾ ਚੱਲ ਸ਼ੀਸ਼ੇ ਦੇ ਕੋਲ ਉੱਥੇ ਚੱਕ ਦੇਖੀ ਜਾ ਆਪਣਾ ਡੋਮੀਨੋਜ਼ ਹੈ ਨਾ ਲਓ ਵੀ ਆਪਣਾ ਡੋਮੀਨੋਜ਼ ਆ ਗਿਆ ਓਟੀਪੀ ਪਤਾ ਨਾ ਕੁਛ ਨਹੀਂ ਲੋੜ ਇੰਡੀ ਪਨੀਰ ਔਰ ਫੜੀ ਇੱਕ ਫੋਟੋ ਹਾਂ ਇੱਕ ਉਹ ਫੜ ਕੇ ਉਹਨੂੰ ਫੋਟੋ ਖਿੱਚ ਲਈ ਟ੍ਰੇਨ ਵਾਲੇ ਵਾਸਤੇ ਖਿੱਚ ਲਈ ਇੱਕ ਫੋਟੋ ਖਿੱਚ ਲੈ ਆਪਣਾ ਥੋੜਾ ਵਿੱਚ ਵਲੌਗ ਬਣਾ ਲੈ ਇਧਰ ਆ ਜਾਓ ਵੀ ਇਧਰ ਆ ਜਾਓ ਠੀਕ ਹੈ ਬਹੁਤ ਬਹੁਤ ਥੈਂਕ ਯੂ ਭਾਈ ਸ਼ੁਕਰੀਆ ਆਪਕਾ ਠੀਕ ਹੈ ਆਓ ਵੀ ਉਹ ਇੱਧਰੋਂ ਐਂਟਰੀ ਆ ਚਲੋ ਵੀ ਆਪਣਾ ਮਿਲ ਗਿਆ ਸਾਨੂੰ ਆਰਡਰ ਡੋਮੀਨੋਜ਼ ਜਾ ਮਿਲਦੀ ਤਾਂ ਲੈ ਲਓ ਟੈਂ 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 ਆਓ ਵੀ ਆ ਗਿਆ ਆਪਣਾ ਮੈਂ ਮੂਤ ਕੇ ਆਇਆ ਫਿਰ ਖਾਣੇ ਆ ਕੇ ਰੁਕ ਜਾ ਸੂਸੂ ਆ ਗਿਆ ਮੈਨੂੰ ਲਓ ਵੀ ਆਪਣਾ ਆਇਆ ਵਾ ਚਿਕਨ ਪਤਾ ਨਹੀਂ ਕਿਹੜਾ ਪੀਜ਼ਾ ਸੀ ਆਵਲਾ ਇਹ ਹੈਗਾ ਇਹ ਬਾਰਬੀਕਿਊ ਚਿਕਨ ਬਾਰਬੀਕਿਊ ਚਿਕਨ ਪੀਜ਼ਾ ਉਹ ਉਹੀ ਆ ਅਤੇ ਆਪਾਂ ਖਾਂਦੇ ਹਾਂ ਅਤੇ ਸੱਚੀ ਆ ਟ੍ਰੇਨ ਦੇ ਵਿੱਚ ਔਡਰ ਸਵਿਗੀ ਵੀ ਹੋ ਜਾਂਦਾ ਵਾ ਡੋਮੀਨੋਜ਼ ਮੰਗਾਇਆ ਆਪਾਂ ਬਹੁਤ ਵਧੀਆ ਖਾ ਕੇ ਕਿਉਂਕਿ ਰਾਤੀ 12 ਵਜੇ ਪਹੁੰਚਣਾ ਆਪਾਂ ਉਦੋਂ ਤੱਕ ਸੋਈਏ ਰੈਸਟ ਕਰੀਏ ਫਿਰ ਬਾਅਦ 'ਚ ਵਲੌਗ ਬਣਾਵਾਂਗੇ ਖਾ ਕੇ ਤਾਂ ਸੌਂ ਜਾਈਏ ਲਓ ਵੀ ਧੂੜ ਲਿਆ ਦੇ ਉੱਤੇ ਚਿਲੀ ਫਲੈਕਸਸ ਤਾਂ ਫਲੈਕਸਸ ਕਸ ਖੜੀ ਹੱਥ ਰੱਖੀ ਮਾੜੇ ਕਿਹਨੂੰ ਚੈੱਕ ਕਰੀਏ ਸਵਾਦ ਤਾਂ ਤੁਹਾਨੂੰ ਦੱਸੀਏ ਖਾਓ ਮਾੜਾ ਭਾਅ ਜੀ ਦੱਸੋ ਫਿਰ ਮੇਰੇ ਵੱਲ ਵੀ ਕਰੋ ਵਾਹ ਵਾਹ ਜਾ ਚਲੋ ਬਸ ਟ੍ਰੇਨ ਵੀ ਚੱਲਣ ਵਾਲੀ ਆ ਹੈਗਾ ਵੀ ਗਰਮੀ ਆ ਅਤੇ ਹੁਣ ਆਪੇ ਸੁੱਤੇ ਉੱਠ ਗਏ ਆ ਵੱਜ ਗਏ ਆ ਕਿੰਨਾ ਟਾਈਮ ਹੋ ਗਿਆ 4:50 ਹੋ ਗਏ ਘੰਟਾ ਡੇਢ ਘੰਟਾ ਫਿਰ ਸੌ ਲਿਆ ਵਾ ਉੱਠ ਗਏ ਹਾਂ ਭੁੱਖ ਲੱਗ ਗਈ ਭੁੱਖ ਹੀ ਬੜੀ ਲੱਗੀ ਜਾਂਦੀ ਹੁਣੇ ਜੇ ਆਪਾਂ ਪੀਜ਼ਾ ਖਾ ਕੇ ਸੁੱਤੇ ਸੀਗੇ ਅਤੇ ਭੁੱਖ ਲੱਗ ਗਈ ਹੁਣ ਵੀਰ ਆਇਆ ਵਾ ਕਹਿੰਦਾ ਆਮਲੇਟ ਖਾ ਲਓ ਆਮਲੇਟ ਖਾਣ ਲੱਗੇ ਅਤੇ ਚਾਹ ਪੀਣ ਲੱਗੇ ਹਾਂ ਮੇਰੇ ਮੈਂ ਬਸ ਪਿਆਜ ਨੀ ਡਾਲਨਾ ਬਾਕੀ ਮਿਰਚ ਡਾਲ ਦੇਣਾ ਠੀਕ ਹੈ
ਬਕਬਕਾਸਾ ਲੋ ਜੀ ਚਾਹ ਪੀਣ ਲੱਗੇ ਆ ਇੰਡੀਅਨ ਰੇਲਵੇ ਦੀ ਚਾਹ ਚਾਹ ਮੇਰੇ ਖਿਆਲ ਨਾਲ ਚੀਅਰਸ ਸੋਲਵਾਂ ਕਹਿੰਦੇ ਆ ਛੇਵਾਂ ਸੱਤਵਾਂ ਕੱਪ ਆ ਚੀਅਰਸ ਛੇਵਾਂ ਸੱਤਵਾਂ ਕੱਪ ਆ ਸਵੇਰ ਦੀ ਇੰਨੀ ਚਾਹ ਪੀ ਲਈ ਆਪਾਂ ਆਹੋ ਹੁਣ ਆਮਲੇਟ ਮੰਗਾਇਆ ਆਮਲੇਟ ਖਾਂਦੇ ਹਾਂ ਫਿਰ ਸੌ ਜਾਣਾ ਆਪਾਂ ਨਜ਼ਾਰਾ ਆਉਣ ਡਿਆ ਫੁੱਲ ਟ੍ਰੇਨ ਦੇ ਵਿੱਚ ਜਿੰਨਾ ਰਿਲੈਕਸ ਹੋ ਗਿਆ ਆਪਾਂ ਟ੍ਰੇਨ 'ਚ ਜਾਣ ਡੇ ਨਾ ਇੰਨਾ ਨਾ ਜਹਾਜ਼ 'ਚ ਆਹੋ ਨਾ ਇੰਨਾ ਇੰਜੋਏ ਕਰਕੇ ਜਹਾਜ਼ 'ਚ ਜਾਇਆ ਜਾਣਾ ਸੀ ਨਾ ਬੱਸ 'ਚ ਨਾ ਗੱਡੀ 'ਚ ਇਹ ਆਪਾਂ ਇੰਜੋਏ ਕਰਨੇ ਆਰਾਮ ਨਾਲ ਸੁੱਤੇ ਉੱਠ ਜਾਈਦਾ ਤੁਰ ਫਿਰ ਲਈਦਾ ਸੁੱਤੇ ਉੱਠ ਜਾਈਦਾ ਤੁਰ ਫਿਰ ਲਈਦਾ ਸਭ ਤੋਂ ਬੈਸਟ ਤਰੀਕਾ ਉਹ ਡੈਡ ਹੋਏ ਭਾਜੀ ਹੁਣ ਉਹ ਪਿਆ ਵੇ ਕਿੱਦਾਂ ਹੀ ਓਏ ਕੁਛ ਸਿੱਧਾ ਹੀ ਪੂਰਾ ਚਾਹ ਡੋਲਦਾ ਨੇ ਮੂੰਹ ਦੇ ਮੰਮੀ ਮੈਗੀ ਆਈ ਆ ਤੇ ਮੈਗੀ ਕਹਿੰਦੇ ਵਾ ਨਿਊਡਲ ਆਏ ਆ ਹੈ ਨਹੀਂ ਹੋਣਾ ਉਹਨਾਂ ਕੋਲ ਲਓ ਵੀ ਨਿਊਡਲ ਆਏ ਆ ਆਮਲੇਟ ਮਿਲਿਆ ਨਹੀਂ ਤੇ ਥੋੜ੍ਹੀ ਦੇਰ ਤੱਕ ਨਾ ਹਾਂ ਤੇ ਥੋੜ੍ਹੀ ਦੇਰ ਤੱਕ ਨਾ ਉਹ ਲਿਆ ਦੀ ਚਾਹ ਲਿਆ ਦੀ ਹੋਰ ਠੀਕ ਆ ਭਾਜੀ ਚਾਹ ਇੱਕ ਹੋਰ ਲਾ ਦੇਣਾ ਦਸ ਮਿੰਟ ਮੈਂ ਠੀਕ ਆ ਸਾਨੂੰ ਭਾਜੀ ਪੰਜਾਬੀ ਨਹੀਂ ਨਾ ਆਤੀ ਤੁਮਕੋ ਥੋੜ੍ਹੀ ਸੀ ਵੀ ਹੈ ਨਾ ਜਦੋਂ ਇੱਕ ਇੱਕ ਕੱਪ 10 ਮਿੰਟ ਮੈਂ ਚਾਏ ਹੋਰ ਲਿਆਉਣਾ ਸੇਮ ਮਿੱਠੀ ਠੀਕ ਹੈ ਤਬ ਤੱਕ ਇਹ ਖਾ ਲੈ ਚੱਲ ਖਾਈਏ ਆ ਜਾ ਇੱਧਰ ਆ ਜਾ ਉੱਧਰ ਆਵਾ ਚੱਲ ਮੈਂ ਖਾ ਕੇ ਤੈਨੂੰ ਉੱਧਰ ਦੇ ਦਿੰਦਾ ਉਹ ਵੀ ਬਾਬੇ ਪਹੁੰਚ ਗਏ ਫਿਰ ਇੱਕ ਸਟੇਸ਼ਨ 'ਤੇ ਪਤਾ ਨਹੀਂ ਕਿਹੜੇ ਸਟੇਸ਼ਨ 'ਤੇ ਆਪਾਂ ਇਸ ਟਾਈਮ ਇਹ ਸਟੇਸ਼ਨ ਦਾ ਨਾਂ ਪਤਾ ਨਹੀਂ ਕਿਹੜੀ ਭਾਸ਼ਾ 'ਚ ਲਿਖਿਆ ਵਡੋਦਰਾ ਅਤੇ ਕਿਉਂਕਿ ਉੱਥੇ ਸਾਹਮਣੇ ਬੋਰਡ 'ਤੇ ਪਤਾ ਨਹੀਂ ਕਿਹੜੀ ਲੈਂਗੁਏਜ ਆ ਮੇਰੇ ਖਿਆਲ ਨਾਲ ਤਿਗਲੂ ਆ ਅਤੇ ਆਪਾਂ ਹੁਣ ਕਹਿੰਦੇ ਆ ਪਹੁੰਚ ਗਏ ਹਾਂ ਥੋੜ੍ਹਾ ਜਿਹਾ ਰਹਿ ਗਿਆ ਸਫ਼ਰ 7 ਵੱਜ ਗਏ ਵਲੋਗ ਹੁਣੇ ਹੁਣੇ ਆਇਆ ਆਪਣਾ ਜਲੰਧਰ ਟੂ ਮੁੰਬਈ ਵਾਲਾ ਵਲੋਗ ਆ ਗਿਆ ਐਸ ਪੀ ਵਲੋਗ ਵੇਖਣ ਡਿਆ ਵਾ ਅਤੇ ਵਲੋਗ ਦੇ ਵਿੱਚ ਐਸ ਪੀ ਦੇ ਚੈਨਲ ਦਾ ਲਿੰਕ ਦਿੱਤਾ ਕੀ ਗੱਲ ਕਰੀ ਇਹਨਾਂ ਨੂੰ ਸਮਝ ਨਹੀਂ ਲੱਗਣ ਦੀ ਕੀ ਕਹਿ ਰਹੇ ਹੋ ਸੋ ਵਲੋਗ ਬਣਾਉਂਦੇ ਹਾਂ ਆਪਾਂ ਆਪਣਾ ਅਤੇ ਹੈ ਸੁੱਤੇ ਉੱਠੇ ਸਮਝ ਨਹੀਂ ਲੱਗਣ ਦੀ ਗੱਲ ਕੀ ਕਰੀ ਇਹਨਾਂ ਅਤੇ ਬਾਕੀ ਤੁਸੀਂ 10,000 ਸਦਾਈ ਹੋ ਗਿਆ ਮੈਨੂੰ ਲੱਗਦਾ ਟ੍ਰੇਨ ਚੱਲ ਪਈ ਅਤੇ ਟ੍ਰੇਨ ਚੱਲ ਪਈ ਯਾਰ ਬਾਕੀ ਸਮਝ ਨਹੀਂ ਲੱਗੀ ਮੈਂ ਬਾ ਕਹਿਣਾ ਸੀਗਾ ਕਿ ਤੁਸੀਂ ਸਾਰੇ ਜਣੇ ਕਮੈਂਟ ਜ਼ਰੂਰ ਕਰਿਆ ਕਰੋ ਵਲੋਗ ਦੇ ਵਿੱਚ ਕਿਉਂਕਿ 1,000-2,000 ਕਮੈਂਟ ਕਰਦਿਆ ਕਰੋ ਵਲੋਗ ਦੇ ਉੱਤੇ ਕਿਉਂਕਿ ਵਧੀਆ ਲੱਗਦਾ ਵਾ ਜਦੋਂ ਕੇ ਦੇ ਵਿੱਚ ਲਾਈਕ ਕੇ 'ਚ ਵਿਊ ਅਤੇ ਕੇ 'ਚ ਕਮੈਂਟ ਆਏ ਹੁਣ ਕਮੈਂਟ ਥੋੜ੍ਹੇ ਫਿਰ ਜੱਚਦੇ ਨਹੀਂ ਅਤੇ ਨਾਲੇ ਨਾ ਉਹ ਨਹੀਂ ਮਤਲਬ ਵੀਡੀਓ ਨੂੰ ਰੀਚ ਘੱਟ ਮਿਲਦੀ ਆ ਸੋ ਸਾਰੇ ਜਣੇ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਕਿ ਮਤਲਬ ਏ ਬੀ ਸੀ ਲਿਖਦਿਆ ਕਰੋ ਕੋਈ ਮੈਮ ਇੰਨੀ ਫੁਕਰੀ ਫਕਰੀ ਨਹੀਂ ਆਪਾਂ ਮਾਰੀ ਦੀ ਜਿੱਦਾਂ ਤੁਸੀਂ ਇੱਕ ਬੰਦਾ 100-100 ਕਮੈਂਟ ਕਰਦਿਆ ਕਰੋ ਸਿੱਧਾ ਜਿਹੜੀ ਗੱਲ ਹੈਗੀ ਏ ਬੀ ਸੀ ਲਿਖਤੀ ਉੜੈਡ ਆਈ ਡੀ ਸਸਾ ਕੱਕਾ 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 ਗਾਈਆਂ ਕਾ ਕਾ ਗਾ 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 ਏ ਬੀ ਸੀ ਡੀ ਹੈ ਇਹਦੇ ਵਾਲੇ ਤੇ ਵੀ ਇੱਦਾਂ ਹੀ ਕਰਦਿਆ ਕਰੋ ਠੀਕ ਹੈ ਤੇ ਸਾਰੇ ਜਣੇ ਜ਼ਰੂਰ ਇੱਦਾਂ ਕਮੈਂਟ ਜ਼ਿਆਦਾ ਸਾਰੇ ਕਰਿਆ ਕਰੋ ਕਿ ਇਹਦੇ ਵਿੱਚ ਕਮੈਂਟ ਆ ਜਾਇਆ ਕਰਨ ਸੋ ਬਾਕੀ ਹੁਣ ਅਗਲਾ ਤੁਹਾਨੂੰ ਸਫ਼ਰ ਦਿਖਾਉਂਦੇ ਹਾਂ ਆਪਣੀ ਟਿਕਟ ਯਾਰ ਕੈਂਸਲ ਹੋ ਗਈ ਜਿਹੜੀ ਐਸ ਪੀ ਸਾਹਿਬ ਦਾ ਮੈਂ ਇੱਜ਼ਤ ਬਣਾਈ ਸੀ ਉਹ ਮਿੱਟੀ ਕਰਤੀ ਇਹਨਾਂ ਨੇ ਹੈ ਨਹੀਂ ਇੰਨੇ ਜੋਗਾ ਮੈਨੂੰ ਪਹਿਲਾਂ ਹੀ ਪਤਾ ਸੀ ਸ਼ੁਰੂ ਆਹ ਵਾਲਾ ਸਟੇਸ਼ਨ ਸੀ ਆਹ ਵਾਲਾ ਵੱਡੋ ਡਰਮ ਡਰਮ ਅਤੇ ਇਹ ਇੰਨੇ ਜੋਗਾ ਹੈ ਹੀ ਨਹੀਂ ਮੈਨੂੰ ਸ਼ੁਰੂ ਤੋਂ ਪਤਾ ਸੀ ਕਿ ਇੰਨੇ ਜੋਗਾ ਹੈ ਨਹੀਂ ਕਿ ਟਿਕਟਾਂ ਕਰਾ ਸਕੇ ਸੋ ਲੱਸੀ ਕਰਤਾ ਇਹਨੇ ਕੰਮ ਹੋਣਾ ਨੂੰ ਫਿਰ ਸੈਕਿੰਡ ਏ 'ਚ ਜਾਣਾ ਪੈਣਾ ਪਹਿਲਾਂ ਇੱਥੋਂ ਮੁੰਬਈ ਪਹੁੰਚਾਂਗੇ ਮੁੰਬਈ ਤੋਂ ਏਅਰਪੋਰਟ ਤੋਂ ਸਟੇਸ਼ਨ ਤੋਂ ਬਾਹਰ ਨਿਕਲ ਕੇ ਆਪਾਂ ਪਹੁੰਚਾਂਗੇ ਫਿਰ ਟੈਕਸੀ ਸਟੈਂਡ ਤੋਂ ਆਪਾਂ 2 ਘੰਟੇ ਡਰਾਈਵ ਕਰਕੇ ਜਾਵਾਂਗੇ ਕਿਸੇ ਹੋਰ ਸਟੇਸ਼ਨ 'ਤੇ ਉਸ ਸਟੇਸ਼ਨ ਤੋਂ ਮੁੜ ਕੇ ਫਿਰ ਸਾਡੀ ਸਵੇਰੇ 7 ਵਜੇ ਟ੍ਰੇਨ ਆ ਸੈਕਿੰਡ ਕਲਾਸ ਸਿੱਧੀ ਗੋਆ ਮਡਗਾਓਂ ਸਟੇਸ਼ਨ ਦੀ ਅਤੇ ਹੁਣ ਦੇਖਦੇ ਹਾਂ ਯਾਰ ਸਬਰ 7:40 ਦੀ ਆ ਅਤੇ ਆਪਾਂ ਤੁਸੀਂ ਹਿਸਾਬ ਲਾ ਲਓ 12 ਵਜੇ ਦਿੱਲੀ ਉੱਥੇ ਮੁੰਬਈ ਪਹੁੰਚ ਜਾਣਾ ਵਾ ਮਤਲਬ 2-3 ਵਜੇ ਤੱਕ ਆਪਾਂ ਸਟੇਸ਼ਨ ਪਹੁੰਚ ਜਾਣਾ ਫਿਰ 4-5-6-7 4 ਘੰਟੇ ਸਟੇਸ਼ਨ 'ਤੇ ਵੇਟ ਕਰਨੀ ਪੈਣੀ ਸਾਨੂੰ ਕੀ ਹਾਲ ਹੋਣਾ ਤੁਹਾਡਾ ਬਾਕੀ ਚਲੋ ਦੇਖਦੇ ਹਾਂ ਮਡਗਾਓਂ ਤੋਂ 30 ਮਿੰਟ ਦਾ ਰਸਤਾ ਵਾ ਬਾਕੀ ਚਲੋ ਹੁਣ ਪਹੁੰਚਦੇ ਹਾਂ ਤੁਹਾਨੂੰ ਫਿਰ ਅੱਗੇ ਦਿਖਾਉਂਦੇ ਹਾਂ ਵਲੋਗ ਹਾਏ ਫਲਾਰਾ ਪਾਇਆ ਹੋਇਆ ਇੱਥੇ ਖਾ ਪੀ ਕੇ ਤਾਂ ਬਾਕੀ ਕਾਹ ਚੰਗਾ ਕਿ ਸਾਡੇ ਨਾਲ ਆਪਾਂ ਖਾਲੀ ਆਏ ਸਾਡੇ ਨਾਲ ਇੱਕ ਮੈਂਬਰ ਸੀ ਭਾਜੀ ਹੋਣੀ ਉਹ ਆਏ ਨਹੀਂ ਕਿਉਂਕਿ ਉਹ ਥੋੜ੍ਹਾ ਫਰੈਂਡ ਦੇ ਨਾਲ ਆਪਣੇ ਬਹਿ ਗਏ ਕਿਉਂਕਿ ਉਹਨੇ ਡਰਿੰਕ ਵਗੈਰਾ ਕਰਨੀ ਸੀਗੀ ਅਤੇ ਇੱਕ ਵੀਰ ਤੁਹਾਨੂੰ ਦਿਖਾਇਆ ਇਸ ਵਲੋਗ 'ਚੋਂ ਭਾਜੀ ਹੋਣੀ ਕੋਟੇ ਦੇ ਸੀਗੇ ਬੜੇ ਪੜ੍ਹੇ ਲਿਖੇ ਐਜੂਕੇਟਡ ਸੀ ਆਪਾਂ ਅਨਪੜ੍ਹ ਜੇ ਉਹ ਰਾਤੀ ਆਏ ਆ ਮੇਰੇ ਖਿਆਲ ਨਾਲ 1 ਵਜੇ ਉੱਤੇ ਆ ਗਏ ਆਪਣਾ ਸੌਂ ਗਏ ਅਤੇ ਸਵੇਰੇ 10 ਵਜੇ ਉੱਤਰ ਕੇ ਚਲੇ ਗਏ ਉਸ ਤੋਂ ਬਾਅਦ ਕੋਈ ਨਹੀਂ ਆਇਆ ਸਾਡੇ ਨਾਲ ਹੁਣ ਭਾਵੇਂ ਅੱਗੇ ਕੋਈ ਆ ਜਾਵੇ ਫਿਲਹਾਲ ਤਾਂ ਚਲੋ ਕੋਈ ਨਹੀਂ ਹੈਗਾ ਜਰਨੀ ਚੱਲਣ ਡੀ ਆਪਣੀ ਤਾਂ ਬਹੁਤ ਵਧੀਆ ਯਾਰ ਇੰਜੋਏ ਕਰਦੇ ਜਾਣ ਨੇ ਜਹਾਜ਼ 'ਚ ਜਾਂਦੇ ਉਹ ਕੀ ਕਰਨ ਡਿਆ ਬਾਕੀ ਬਹੁਤ ਵਧੀਆ ਸਫ਼ਰ ਸੀ ਆਪਾਂ ਦੇਖੋ ਜਹਾਜ਼ 'ਚ ਜਾਂਦੇ ਫਲਾਈਟ ਭਾਵੇਂ ਆਪਾਂ ਨੂੰ ਸਸਤੀ ਪੈਂਦੀ ਸੀਗੀ 2 ਮਿੰਟ ਭਾਜੀ ਫਲਾਈਟ ਭਾਵੇਂ ਆਪਾਂ ਨੂੰ ਸਸਤੀ ਪੈਂਦੀ ਸੀਗੀ ਇਹਦੇ ਨਾਲੋਂ
ਪਰ ਫਿਰ ਵੀ ਦੱਸਾਂ ਇੰਜੋਏ ਕਰਦੇ ਆਪਾਂ ਟ੍ਰੇਨ 'ਚ ਆਏ ਹਾਂ ਆਪਾਂ ਨੂੰ ਮਹਿੰਗਾ ਪੈ ਗਿਆ ਸਫ਼ਰ ਪਰ ਤੁਸੀਂ 800 ਵਾਲੀ ਟਿਕਟ ਵੀ ਲੈ ਸਕਦੇ 2000 ਵਾਲੀ ਵੀ ਲੈ ਸਕਦੇ ਮਹਿੰਗੀ ਤੋਂ ਮਹਿੰਗੀ 5000 ਦੀ ਵੀ ਲੈ ਸਕਦੇ ਸਾਡੀ 5000 ਦੀ ਟਿਕਟ ਹੈ ਜਲੰਧਰ ਟੂ ਗੋਆ ਜਲੰਧਰ ਟੂ ਮੁੰਬਈ ਮੁੰਬਈ ਤੋਂ ਫਿਰ ਅੱਗੇ ਸਾਡੀ 2500 ਰੁਪਏ ਦੀ ਟਿਕਟ ਆ 2500 ਰੁਪਏ ਦੀ ਟਿਕਟ ਆ ਮਡਗਾਓਂ ਦੀ ਮਡਗਾਓਂ ਤੋਂ ਫਿਰ ਪਤਾ ਨਹੀਂ ਸਾਡੇ ਅੱਗੇ ਕਿੰਨੇ ਪੈਸੇ ਲੱਗਣੇ ਤੁਹਾਨੂੰ ਟੋਟਲ ਕਰ ਜਾ ਕੇ ਬਹਿ ਕੇ ਦੱਸੋਗੇ ਬਾਕੀ ਬਹਿ ਕੇ ਗੱਲ ਕਰਾਂਗੇ ਸਾਰੀ ਕਿਉਂਕਿ ਜਹਾਜ਼ ਦੀ ਟਿਕਟ ਹੈਗੀ ਸੀਗੀ 4000 ਰੁਪਏ ਦੀ ਫਲਾਈਟ ਸਿੱਧੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੋਂ ਸਿੱਧੀ ਗੋਆ ਦੀ ਪਰ ਉਹ 'ਚ ਫਿਰ ਨਜ਼ਾਰਾ ਨਹੀਂ ਆਉਣਾ ਐਵੇਂ 3 ਘੰਟੇ ਦੇ ਵਿੱਚ ਪਹੁੰਚ ਜਾਣਾ ਉਹ 3 ਘੰਟੇ ਵੀ ਸਾਡੇ 3 ਦਿਨ ਬਰਾਬਰ ਹੋਣੇ ਬੋਰ ਹੋ ਕੇ ਬਹਿ ਜਾਣਾ ਸੀ ਬਾਂਦਰਾਂ ਕੋਲ ਇੱਥੇ ਆਪਾਂ ਤੁਰਦੇ ਫਿਰਦੇ ਹਾਂ ਲੰਮੇ ਪੈਂਦੇ ਸੌ ਜਾਂਦੇ ਹਾਂ ਖਾਂਦੇ ਹਾਂ ਪੀਂਦੇ ਹਾਂ ਵਧੀਆ ਆਇਆ ਟ੍ਰੇਨ ਦਾ ਸਫ਼ਰ ਕੋਈ ਸਾਨੂੰ ਦਿੱਕਤ ਪਰੇਸ਼ਾਨੀ ਨਹੀਂ ਆਈ ਅਸੀਂ ਵਾਪਸ ਵੀ ਹੁਣ ਟ੍ਰੇਨ 'ਚ ਆਉਣਾ ਪਰ ਵਾਪਸ ਆਪਾਂ ਆਵਾਂਗੇ ਰਾਜਧਾਨੀ ਐਕਸਪ੍ਰੈਸ ਦੇ ਵਿੱਚ ਉਹਦੇ ਵਿੱਚ ਖਾਣ ਨੂੰ ਵੀ ਮਿਲੂਗਾ ਮੀਲ ਅਤੇ ਚਾਦਰ ਕੰਬਲ ਸਭ ਕੁਛ ਮਿਲੂਗਾ ਸੋ ਹੁਣ ਵੇਟ ਕਰੋ ਅੱਗੇ ਵੱਲੋਂ ਕੰਟੀਨਿਊ ਕਰਦੇ ਨਹੀਂ ਤਾਂ ਇੱਥੇ ਬਹੁਤ ਵੱਡਾ ਹੋ ਜਾਣਾ ਅੱਜ ਤਾਂ ਬਸਤੀਆਂ ਜਿਹੀਆਂ ਆ ਗਈਆਂ ਜਿੱਦਾਂ ਬਣੀਆਂ ਹੁੰਦੀਆਂ ਹੈ ਨਾ ਘਰ ਜਿਹੇ ਆ ਗਏ ਛੋਟੇ ਛੋਟੇ ਉੱਚਾ ਵੀ ਨਹੀਂ ਹੁੰਦਾ ਉਹ ਆਹ ਦੇਖੋ ਸਾਹਮਣੇ ਬਸਤੀਆਂ ਜਿਹੀਆਂ ਵਾ ਨੈੱਟ ਨਹੀਂ ਚੱਲਣ ਡਿਆ ਸੋ ਆਪਾਂ ਲਾਈਵ ਅਕਾਊਂਟ ਚਲਾਉਣਾ ਸੀਗਾ ਕਿ 10 ਰਹਿ ਗਏ ਸੀਗੇ ਮੈਂ ਕਿਹਾ ਚਲੋ ਚਾਹ ਪੂਰਾ ਕਰ ਲਈਏ ਲਾਈਵ ਆ ਜਾਣਾ ਸੀ ਲਾਈਵ ਅਕਾਊਂਟ ਹੋਣੇ ਅਤੇ ਨੈੱਟ ਨਹੀਂ ਚੱਲਣ ਡਿਆ ਨੈੱਟ ਚੱਲ ਰਿਹਾ ਤਾਂ ਮਾੜਾ ਫਿਰ ਦਿਖਾਉਂਦੇ ਹਾਂ ਆਹ ਚੈੱਕ ਕਰੋ ਹਜੇ ਚਿੱਟੀ ਸਕਰੀਨ ਆ ਨੈੱਟ ਸਲੋ ਆ ਪਰ ਥੋੜ੍ਹਾ ਜਿਹਾ ਆਹ ਚੈੱਕ ਕਰੋ ਐਚ ਪੀ ਦਾ ਨਾਲ ਹੀ ਚੀਕਾਂ ਮਾਰਨ ਲੱਗ ਪਿਓ ਠੀਕ ਹੈ ਨਾਲ ਹੀ ਚੀਕਾਂ ਮਾਰਨ ਲੱਗ ਪਿਓ ਰੁਕ ਜਾਓ ਹੋ ਕੀ ਜਲੂਸ ਕੱਢਣ ਲਾਇਆ ਤੂੰ ਮੇਰਾ ਆਹ ਚੱਲ ਵੀ ਪੈ ਜਲੂਸ ਕਢਾਇਆ ਚੱਲ ਪਾ ਬੰਦ ਨਹੀਂ ਕਰਦਾ ਐਸ ਵੀ ਨੈੱਟ ਚੱਲਣ ਡਿਆ ਨਾ ਵਰਤਣਾ ਥੋੜ੍ਹਾ ਘੱਟ ਵਰਤ ਸਾਰਿਆਂ ਦਾ 3 ਲੱਖ ਸਬਸਕ੍ਰਾਈਬਰ ਆਪਣੇ ਕੰਪਲੀਟ ਹੋ ਗਏ ਆ ਬਹੁਤ ਬਹੁਤ ਥੈਂਕ ਯੂ ਆਪਾਂ ਪਹੁੰਚ ਚੱਲੇ ਮੁੰਬਈ ਵੀ ਪਹੁੰਚ ਚੱਲੇ ਆ ਤੇ ਰਾਹ ਦੇ ਵਿੱਚ ਸਾਡੀ ਟ੍ਰੇਨ 'ਚ 3 ਲੱਖ ਸਬਸਕ੍ਰਾਈਬਰ ਕੰਪਲੀਟ ਹੋਏ ਆਪਣਾ ਨੈੱਟ ਨੀ ਚੱਲਣ ਡਿਆ ਤਾਂ ਕਰਕੇ ਅੜਿਆ ਹੋਇਆ ਹੁਣ ਉੱਤੇ ਥੱਲੇ ਹੋ ਜਾਣੇ ਸੀਗੇ ਪਰ ਨੈੱਟ ਦੀ ਪ੍ਰੋਬਲਮ ਆ ਨਾ ਉਹਦਾ ਲਾਈਵ ਅਕਾਊਂਟ ਆ ਪਰ ਨੈੱਟ ਪ੍ਰੋਬਲਮ ਕਰਕੇ ਪ੍ਰੋਪਰਲੀ ਚੱਲਣ ਨੀ ਡਿਆ ਕਿਉਂਕਿ ਉਹ ਲੋਡਿੰਗ ਹੋਈ ਜਾਣ ਡੀ ਆ ਗ੍ਰਾਫ ਅੱਪ ਹੀ ਜਾਣ ਡਿਆ ਉਹ ਦਿਨੋ ਦਿਨ ਹੀ ਜਾਂਦਾ ਹੈ ਗ੍ਰਾਫ ਕਿੱਦਾਂ ਸੀ ਅੱਪ ਦਿਨੋ ਦਿਨ ਹੀ ਚੜਦਾ ਗਰਾਫ ਨੀ ਹੋਈ ਮੇਜ ਕਲੀਨ ਜੱਟ ਦੀ ਕਲੀਨ ਜੱਟ ਦੀ ਉਹ ਮਾੜੇ ਕੰਮਾਂ ਦੇ ਆ ਗੱਭਰੂ ਖਿਲਾਫ ਨੀ ਹੋਈ ਮੇਜ ਕਲੀਨ ਜੱਟ ਦੀ ਉਹ ਮਾੜੇ ਕੰਮਾਂ ਦੇ ਆ ਗੱਭਰੂ ਖਿਲਾਫ ਨੀ ਅੱਪ ਦਿਨੋ ਦਿਨ ਹੀ ਚੜਦਾ ਗਰਾਫ ਨੀ ਆ ਦੇਖ ਲੈ ਲਓ ਚਿੱਟੀ ਸਕਰੀਨ ਦਿਨ ਖੁਸ਼ੀਆਂ ਦਾ ਸੱਜਣਾ ਵੀ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਓਏ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਬਈ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਆ ਜੋ ਰਲ ਮਿਲ ਖੁਸ਼ੀ ਮਨਾਈਏ ਨਾਲੇ ਨੱਚੀਏ ਨਾਲੇ ਗਾਈਏ ਮੇਲਾ ਮੁੜ ਕੇ ਨਹੀਂ ਲੱਭਣਾ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਬਈ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਬਈ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਬਈ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਨਹੀਂ ਤਾਂ ਗਾਣਾ ਬੰਦ ਹੋ ਗਿਆ ਬਾਬਾ ਖੁਸ਼ੀਆਂ ਦਾ ਸੱਜਣਾ ਚਲੋ ਚਲੋ ਇਹਨਾਂ ਖੁਸ਼ੀਆਂ ਦਾ ਸੱਜਣਾ ਚਲੋ ਚਲੋ ਕੁਛ ਵੱਖਰਾ ਚਾਰ ਬੰਦਾਂ 16 ਨਹੀਂ 20 ਵਾਰੀ ਬਰਸੀ ਕੱਟਣ ਗਿਆ ਸੀ ਵਾਰੀ ਬਰਸੀ ਕੱਟਣ ਗਿਆ ਸੀ ਖਟਕੇ ਲਿਆਂਦੇ ਪੂਰੇ ਅੱਜ ਦਿਨ ਖੁਸ਼ੀਆਂ ਦਾ 350 ਕੇ ਹੋ ਗਏ ਪੂਰੇ ਇਹਨੇ ਲੱਤਾਂ ਮਾਰੀਆਂ ਓਏ ਮੈਂ ਨਹੀਂ ਮਾਰੀਆਂ ਓਏ ਇੱਕ ਵਧਿਆ ਹੌਲੀ ਹੌਲੀ ਨੈੱਟ ਚੱਲਿਆ ਇੱਕ ਵਧਿਆ ਨਿਕਲਣ ਲੱਗਿਆ ਬਾਏ ਬਾਏ ਆਪਣੀ ਟ੍ਰੇਨ ਨੂੰ ਕਰ ਦੋ ਓਏ ਬਾਏ ਬਾਏ ਇੱਥੇ ਆਪਣਾ 300 ਕੇ ਪੂਰਾ ਹੋਇਆ ਸੀਗਾ ਬਾਬਿਓ ਇਹ ਟ੍ਰੇਨ 'ਚ ਅਤੇ ਮੱਥਾ ਟੇਕ ਲਓ ਟ੍ਰੇਨ ਨੂੰ ਅਤੇ ਚੱਲੀਏ ਨਿਕਲੀ ਆਪਾਂ ਸਮਾਨ ਸਮੂਨ ਚੈੱਕ ਕਰ ਲਿਆ ਨਾ ਕਰੀ ਸਾਰਾ ਕੁਛ ਚਲੋ ਨਿਕਲੋ ਨਿਕਲੋ ਚਲੋ 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 ਬਸ ਜੀ ਸਤਿ ਸ਼੍ਰੀ ਅਕਾਲ ਜੀ ਨਿਕਲੀ ਆ ਲਓ ਵੀ ਅਤੇ ਹੁਣ ਆਪਾਂ ਮੁੰਬਈ ਸਟੇਸ਼ਨ ਤੋਂ ਤੁਰਨ ਲੱਗੇ ਹਾਂ ਅਤੇ ਇੱਥੋਂ ਮੁੰਬਈ ਸੈਂਟਰ ਆ ਲਈਏ
ਫੇਰ ਲਗਾਣੀ ਪੱਕੀ ਬਾਤ ਤੇ ਲਾ ਲੈਨੇ ਮੈਂ ਲਾ ਕੇ ਦਿੱਤਾ ਨੂੰ ਕਿਧਰ ਪੈ ਲੱਗੀ ਲੱਗੀ ਤੇ ਹੁਣ ਆਪਾਂ ਇੱਥੋਂ ਚੱਲੇ ਆ ਸਿੱਧਾ ਛਤਰਪਤੀ ਸਿਵਾਜੀ ਟਰਮੀਨਲ ਪਰ ਸਟੇਸ਼ਨ ਦੂਜੇ ਤੇ ਉੱਥੋਂ ਆਪਾਂ ਟਿਕਟ ਪਤਾ ਕਰਾਂਗੇ ਜੇ ਮਿਲ ਗਈ ਠੀਕ ਹੈ ਨਹੀਂ ਤਾਂ ਫਿਰ ਟੈਕਸੀ ਕਰਾਉਣੀ ਪੈਣੀ ਆਪਾਂ ਨੂੰ ਜਾਣ ਡੇ ਹੁਣ ਆਪਾਂ ਮੁੰਬਈ ਸਟੇਸ਼ਨ ਆ ਸਾਰਾ ਸੈਂਟਰਲ ਸੈਂਟਰਲ ਮੁੰਬਈ ਸੈਂਟਰਲ ਸਟੇਸ਼ਨ ਹਾਂਜੀ ਤਾਂ ਬਾਬੇ ਉਹ ਵਲੋਗ ਦੀ ਕਰਦੇ ਆਪਾਂ ਇੱਥੇ ਐਂਡਿੰਗ ਵਲੋਗ ਹੋ ਜਾਣਾ ਫਿਰ ਜ਼ਿਆਦਾ ਵੱਡਾ ਅਤੇ ਕਿਉਂਕਿ ਅਗਲਾ ਵਲੋਗ ਸਾਰਾ ਹੋਊਗਾ ਮੁੰਬਈ ਟੂ ਗੋਆ ਬਾਏ ਰੋਡ ਜਾਂ ਆਪਾਂ ਗੱਡੀ 'ਚ ਗੋਆ ਆਏ ਉਸ ਤੋਂ ਬਾਅਦ ਕਿਉਂਕਿ ਟ੍ਰੇਨ ਕਿਉਂ ਨਹੀਂ ਮਿਲੀ ਕੀ ਹਿਸਾਬ ਹੋ ਗਿਆ ਟ੍ਰੇਨ ਸਾਡੀ ਮਿਸ ਹੋ ਗਈ ਜੋ ਵੀ ਹਿਸਾਬ ਕਿਤਾਬ ਸੀਗਾ ਅਤੇ ਜਿਹੜੇ ਜਿਹੜੇ ਆਪਾਂ ਵਿਊ ਦੇਖੇ ਜੋ ਵੀ ਇਸ ਤੋਂ ਬਾਅਦ ਅਗਲਾ ਵਲੋਗ ਹੋਊਗਾ ਜਿੱਦਾਂ ਵੀ ਟ੍ਰਿਪ ਹੀ ਜਿੰਨੇ ਪੈਸੇ ਲੱਗੇ ਉਹ ਸਾਰਾ ਤੁਸੀਂ ਅਗਲੇ ਵਲੋਗ 'ਚ ਦੇਖਿਓ ਆਹ ਵਲੋਗ ਕਰਦੇ ਆਪਾਂ ਇੱਥੇ ਐਂਡ ਸਾਢੇ 300 ਗਈ ਨਾ 300 ਕੇ ਸਬਸਕ੍ਰਾਈਬਰ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਤੁਹਾਡਾ ਸਾਰਿਆਂ ਦਾ ਇੰਨੇ ਜ਼ਿਆਦਾ ਸਬਸਕ੍ਰਾਈਬਰ ਕਰਾਉਣ ਵਾਸਤੇ ਸੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੁਹਾਨੂੰ ਜੋ ਜਰਨੀ ਵਧੀਆ ਲੱਗਣ ਦੀ ਆ ਵਲੋਗ ਤੁਸੀਂ ਇੰਜੋਏ ਕਰਨ ਯਾਰ ਚੈਨਲ ਸਬਸਕ੍ਰਾਈਬ ਕਰਿਓ ਵਲੋਗ ਸ਼ੇਅਰ ਕਰਿਓ ਅਤੇ ਜੋ ਕੁਛ ਤੁਸੀਂ ਪੁੱਛਣਾ ਉਹ ਤੁਹਾਨੂੰ ਪੁੱਛ ਸਕਦੇ ਹੋ ਕੋਈ ਜਿਹੜੀ ਚੀਜ਼ ਨਹੀਂ ਤੁਹਾਨੂੰ ਸਮਝ ਲੱਗਦੀ ਅਤੇ ਚੈਨਲ ਕਰੋ ਸਬਸਕ੍ਰਾਈਬ ਮਿਲਦੇ ਹਾਂ ਨਵੇਂ ਵਲੋਗ 'ਚ ਬਾਏ ਬਾਏ ਟੇਕ ਕੇਅਰ।